ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋ ਵਿੱਚ ਤੁਹਾਡਾ ਸਭਨਾ ਦਾ ਨਿਗਾ ਸਵਾਗਤ ਲਗਾਤਾਰ ਤੀਸਰੀ ਵਾਰ ਪ੍ਰਧਾਨ ਮੰਤਰੀ ਬਣੇ ਬੋਦੀ ਕਈਆਂ ਨੂੰ ਸਰਕਾਰ ਚੋਂ ਬਾਹਰ ਅਤੇ ਕਈ ਨਵੇਂ ਚਿਹਰਿਆਂ ਨੂੰ ਕੀਤਾ ਅੰਦਰ ਹਾਰ ਕੇ ਵੀ ਜਿੱਤ ਗਿਆ ਬਿੱਟੂ ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਇੱਛਾ ਮਮਤਾ ਬੈਨਰਜੀ ਦਾ ਇੱਕ ਵਾਰ ਫੇਰ ਵੱਡਾ ਦਾਵਾ ਇੰਡੀਆ ਗੱਠ ਜੋੜ ਦੀ ਜ਼ਰੂਰ ਬਣੇਗੀ ਸਰਕਾਰ ਮੁੱਖ ਮੰਤਰੀ ਮਾਨ ਤੋਂ ਹਰ ਸਿਮਰਤ ਬਾਦਲ ਨੇ ਅਸਤੀਫੇ ਦੀ ਕੀਤੀ ਮੰਗ ਸਿੱਟ ਵੱਲੋਂ ਮਜੀਠੀਆ ਫਿਰ ਤਲਬ ਪੰਜਾਬ ਦੀ ਅਣਖ ਵੰਗਾਰਨ ਵਾਲਿਆਂ ਦਾ ਪੂਰਾ ਹੁੰਦਾ ਹਿਸਾਬ ਬੀਬੀ ਜਗੀਰ ਕੌਰ ਦਾ ਕਹਿਣਾ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਲੋਕ ਸਭਾ ਚੋਣਾਂ ਦੇ ਨਤੀਜੇ ਅਤੇ ਨਤੀਜਿਆਂ ਤੋਂ ਬਾਅਦ ਐਨਡੀਏ ਦੀ ਜਿੱਤ ਤੇ ਜਿੱਤ ਤੋਂ ਬਾਅਦ ਨਰਿੰਦਰ ਮੋਦੀ ਨੇ ਤੀਸਰੀ ਵਾਰ ਲਗਾਤਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਅਹੁਦੇ ਦੀ ਸੌ ਚੱਕ ਲਈ ਹੈ ਭਾਰਤ ਦੀ ਆਜ਼ਾਦੀ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਪਹਿਲੇ ਅਜਿਹੇ ਗੈਰ ਕਾਂਗਰਸੀ ਆਗੂ ਹੈ ਜਿਨ੍ਹਾਂ ਨੇ ਲਗਾਤਾਰ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਨ ਵਾਸਤੇ ਅਹੁਦੇ ਦੀ ਸੌ ਚੁੱਕੀ ਹੈ ਜਾਂ ਪ੍ਰਧਾਨ ਮੰਤਰੀ ਬਣੇ ਹੈ ਮંત્રી ਮੰਡਲ ਦੇ ਵਿੱਚ ਪ੍ਰਧਾਨ ਮੰਤਰੀ ਤੋਂ ਇਲਾਵਾ 30 ਕੈਬਨਿਟ 7 ਰਾਜ ਮੰਤਰੀ ਜਿਨ੍ਹਾਂ ਕੋਲੇ ਆਜ਼ਾਦ ਵਿਭਾਗ ਹੋਣਗੇ ਅਤੇ 36 ਰਾਜ ਮੰਤਰੀਆਂ ਨੇ ਸੌਚ ਚੁੱਕ ਲਈ ਹੈ। ਮੰਤਰੀ ਮੰਡਲ ਵਿੱਚ ਸਮਾਜਿਕ ਸੰਤੁਲਨ ਦਾ ਵੀ ਧਿਆਨ ਰੱਖਿਆ ਗਿਆ ਹੈ। OBC ਭਾਈਚਾਰੇ ਦੇ 27 ਅਨੁਸੂਚਿਤ ਜਾਤੀ ਦੇ 10 ਅਨੁਸੂਚਿਤ ਜਨਜਾਤੀ ਦੇ 5 ਅਤੇ ਘੱਟ ਗਿਣਤੀ ਭਾਈਚਾਰੇ ਦੇ ਵੀ 5 ਮੰਤਰੀ ਬਣਾਏ ਗਏ ਹੈ। ਕੈਬਨਿਟ ਦੇ ਵਿੱਚ 9 ਨਵੇਂ ਚਿਹਰਿਆਂ ਨੂੰ ਸਥਾਨ ਦਿੱਤਾ ਗਿਆ ਹੈ। ਸੌ ਚੁੱਕ ਸਮਾਗਮ ਦੇ ਵਿੱਚ ਭਾਰਤ ਦੇ ਗੁਆੰਡੀ ਅਤੇ ਹਿੰਦ ਮਹਾਸਾਗਰ ਇਲਾਕੇ ਦੇ ਸੱਤ ਆਗੂ ਵਿਸ਼ਾਮਲ ਹੋਏ। ਭਾਰਤ ਦੀਆਂ ਕਈ ਵੱਡੀਆਂ ਹਸਤੀਆਂ ਨੂੰ ਵੀ ਇਹਦੇ ਵਿੱਚ ਸ਼ਾਮਲ ਹੋਣ ਵਾਸਤੇ ਸੱਦਾ ਦਿੱਤਾ ਗਿਆ ਸੀ। ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੇ ਰਾਸ਼ਟਰਪਤੀ ਭਵਨ ਦੇ ਵਿੱਚ ਇੱਕ ਸ਼ਾਨਦਾਰ ਸਮਾਗਮ ਦੇ ਦੌਰਾਨ ਨਰਿੰਦਰ ਮੋਦੀ ਹੋਰਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਅਤੇ ਗੁਪਤਤਾ ਦੀ ਸੌ ਚੁਕਾਈ। ਉਹਨਾਂ ਨੇ ਈਸ਼ਵਰ ਦੇ ਨਾਂ ਤੇ ਸੌ ਚੁੱਕੀ। ਇਹਦੇ ਨਾਲ ਹੀ ਉਹਨਾਂ ਨੇ ਲਗਾਤਾਰ ਤਿੰਨ ਵਾਰ ਪ੍ਰਧਾਨ ਮੰਤਰੀ ਬਣਨ ਦੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਰੂ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ ਮੋਦੀ ਦੇ ਨਾਲ ਹੀ ਸੀਨੀਅਰ ਭਾਜਪਾ ਆਗੂ ਰਾਜਨਾਥ ਸਿੰਘ ਅਮਿਤ ਸ਼ਾ ਨਿਤਨਗੜਕਰੀ ਸ਼ਿਵਰਾਜ ਸਿੰਘ ਚੋਹਾਨ ਨਿਰਮਲਾ ਸੀਤਾਰਮਨ ਪਿਊਸ਼ ਗੋਇਲ ਅਤੇ ਐਸ ਜੈ ਸ਼ੰਕਰ ਨੇ ਵੀ ਕੈਬਨਟ ਮੰਤਰੀ ਵਜੋਂ ਸੌ ਚੁੱਕੀ ਜੋ ਪ੍ਰਧਾਨ ਮੰਤਰੀ ਵੱਲੋਂ ਨਿਰੰਤਰਤਾ ਤੇ ਤਜਰਬੇ ਤੇ ਜ਼ੋਰ ਦੇਣ ਦਾ ਸੰਕੇਤ ਵੀ ਹੈ ਇਹ ਸਾਰੇ ਆਗੂ ਮੋਦੀ ਸਰਕਾਰ ਦੇ ਦੂਸਰੇ ਕਾਰਜਕਾਲ ਵਿੱਚ ਵੀ ਉੱਚ ਅਹੁਦਿਆਂ 'ਤੇ ਸਨ। ਭਾਜਪਾ ਦੇ ਪ੍ਰਧਾਨ ਜੇਪੀ ਨੱਡਾ 5 ਸਾਲਾਂ ਬਾਅਦ ਮੁੜ ਕੈਬਨਟ ਵਿੱਚ ਸ਼ਾਮਲ ਕਰ ਲਏ ਗਏ ਹੈ। ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਵੀ ਮੋਦੀ ਕੈਬਨਟ ਵਿੱਚ ਸਥਾਨ ਦਿੱਤਾ ਗਿਆ ਹੈ। ਆਰਐਸਐਸ ਪ੍ਰਚਾਰਕ ਤੋਂ ਕੇਂਦਰੀ ਮੰਤਰੀ ਬਣੇ ਮਨੋਹਰ ਲਾਲ ਖੱਟਰ ਨੇ ਨਵੀਂ ਪਾਰੀ ਦੀ ਇੱਕ ਕਿਸਮ ਦੀ ਸ਼ੁਰੂਆਤ ਕੀਤੀ ਹੈ। ਭਾਜਪਾ ਆਗੂ ਪਿਊਸ਼ ਗੋਇਲ ਜੋਤੀਰਾ ਦਿੱਤਿਆ ਸਿੰਧिया ਤਰਮੇਂਦਰ ਪ੍ਰਧਾਨ ਅਤੇ ਭਪਿੰਦਰ ਯਾਦਵ ਨੂੰ ਵੀ ਮੰਤਰੀ ਮੰਡਲ ਵਿੱਚ ਬਰਕਰਾਰ ਰੱਖਿਆ ਗਿਆ ਹੈ ਆਸਾਮ ਦੇ ਸਾਬਕਾ ਮੁੱਖ ਮੰਤਰੀ ਸਰਬਾਨੰਦ ਸੋਨਵਾਲ ਅਸ਼ਵਨੀ ਵੈਸ਼ਨਵ ਵੀਰੇਂਦਰ ਕੁਮਾਰ ਪਹਿਲਾਜ ਜੋਸ਼ੀ ਗਿਰੀ ਰਾਜ ਸਿੰਘ ਅਤੇ ਜੋਇਲ ਉਰਾਵ ਇਹਨਾਂ ਨੂੰ ਵੀ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਹੈ ਕਰੋਨਾ ਮਹਾਮਾਰੀ ਦੌਰਾਨ ਦਲੇਰੀ ਨਾਲ ਕੰਮ ਕਰਨ ਦਾ ਇਨਾਮ ਮਨਸੁਖ ਮਾਂਡਵਿਆ ਨੂੰ ਦੇ ਦਿੱਤਾ ਗਿਆ ਹੈ ਉਹਨਾਂ ਨੂੰ ਮੁਰਦ ਤੋਂ ਕੈਬਨਟ ਮੰਤਰੀ ਬਣਾਇਆ ਗਿਆ ਹੈ ਦੋ ਵਾਰ ਕਰਨਾਟਕ ਦੇ ਮੁੱਖ ਮੰਤਰੀ ਰਹੇ ਕੁਮਾਰਾ ਸੁਆਮੀ ਨੂੰ ਵੀ ਕੈਬਨਟ ਵਿੱਚ ਸਥਾਨ ਦਿੱਤਾ ਗਿਆ ਹੈ ਇਸੇ ਤਰ੍ਹਾਂ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜੀਤਨ ਰਾਜ ਮਾਂਜੀ ਉਹਨਾਂ ਨੂੰ ਵੀ ਕੈਬਨਟ ਮੰਤਰੀ ਬਣਾਇਆ ਗਿਆ ਹੈ ਐਨਡੀਏ ਦੀ ਭਾਈਵਲ ਪਾਰਟੀ ਆਰਐਲਡੀ ਦੇ ਮੁਖੀ ਅਤੇ ਰਾਜ ਸਭਾ ਮੈਂਬਰ ਜਯੰਤ ਚੋਧਰੀ ਰਾਜ ਮੰਤਰੀ ਉਹਨਾਂ ਕੋਲ ਵੀ ਆਜ਼ਾਦ ਵਿਭਾਗ ਹੋਏਗਾ ਉਹਨਾਂ ਨੂੰ ਵੀ ਅਹੁਦੇ ਦੀ ਅਤੇ ਗੁਪਤਤਾ ਦੀ ਸੌਚ ਚੁਕਾਈ ਗਈ जयंत चौधरी سابقا ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੇ ਪੋਤੇ ਐ ਲੋਕ ਜਨ ਸ਼ਕਤੀ ਪਾਰਟੀ ਰਾਮ ਵਿਲਾਸ ਦੇ ਮੁਖੀ ਚਿਰਾਗ ਪਾਸਵਾਰ ਨੇ ਪਿਤਾ ਰਾਮ ਵਿਲਾਸ ਪਾਸਵਾਰ ਦੇ ਅਸਲੀ ਸਿਆਸੀ ਵਾਰਸ ਦੇ ਵਜੋਂ ਆਪਣੀ ਸਥਿਤੀ ਮਜ਼ਬੂਤ ਕੀਤੀ ਹੈ ਸਾਰਿਆਂ ਨੂੰ ਹੈਰਾਨ ਕਰਦਿਆਂ ਚਿਰਾਗ ਨੂੰ ਮੋਦੀ ਸਰਕਾਰ ਵਿੱਚ ਸ਼ਾਮਲ ਕਰ ਲਿਆ ਗਿਆ ਖੁਦ ਨੂੰ ਪ੍ਰਧਾਨ ਮੰਤਰੀ ਮੋਦੀ ਦਾ ਹਨੂਮਾਨ ਦੱਸਦਿਆਂ ਚਿਰਾਗ ਹੁਣ ਕੇਂਦਰ ਦੇ ਵਿੱਚ ਮੰਤਰੀ ਦੇ ਅਹੁਦੇ ਤੇ ਨਵੀਂ ਪਾਰੀ ਸ਼ੁਰੂ ਕਰ ਰਿਹਾ ਹੈ ਨਵੀਂ ਸੰਸਦ ਦੇ ਨਿਰਮਾਣ ਨੂੰ ਅੱਗੇ ਵਧਾਉਣ ਤੇ ਭਾਰਤ ਨੂੰ ਦੋ ਤੇਲ ਸੰਕਟਾਂ ਦੇ ਵਿੱਚੋਂ ਕੱਢਣ 'ਚ ਆਪਣੀ ਕੂਟਨੀਤਕ ਸਮਝ ਰੱਖਣ ਵਾਲੇ ਸਾਬਕਾ ਡਿਪਲੋਮੈਟ ਹਰਦੀਪ ਸਿੰਘ ਪੂਰੀ ਉਹਨਾਂ ਨੂੰ ਫਿਰ ਤੋਂ ਮੰਤਰੀ ਮੰਡਲ ਵਿੱਚ ਲੈ ਲਿਆ ਗਿਆ ਅਤੇ ਆਪਣੇ ਮੰਤਰਾਲੇ ਦੇ ਵਿੱਚ ਕੋਟਾਲਾ ਮੁਕਤ ਕਾਰਜਕਰ ਲਈ ਉਹਨਾਂ ਨੂੰ ਪੁਰਸਕਾਰ ਵੀ ਮਿਲਿਆ ਸੀ ਪਿਛਲੀ ਸਰਕਾਰ ਦੇ ਵਿੱਚ ਰਹਿਸ਼ੀ ਤੇ ਸਹਿਰੀ ਮਾਮਲਿਆਂ ਅਤੇ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਰਹੇ ਹਰਦੀਪ ਪੁਰੀ ਨੂੰ ਮੰਤਰੀ ਮੰਡਲ ਵਿੱਚ ਥਾਂ ਮੋੜ ਤੋਂ ਦਿੱਤੀ ਗਈ ਹੈ ਇਸੇ ਦੌਰਾਨ ਪੰਜਾਬ ਤੋਂ ਭਾਜਪਾ ਆਗੂ ਜਿਹੜੇ ਨਵੇਂ-ਨਵੇਂ ਭਾਜਪਾ ਰੰਗ ਵਿੱਚ ਰੰਗੇ ਗਏ ਸੀ ਰਵਨੀਤ ਬਿੱਟੂ ਉਹਨਾਂ ਨੂੰ ਵੀ ਕੇਂਦਰੀ ਰਾਜ ਮੰਤਰੀ ਦੇ ਵਿੱਚੋਂ ਸੌਚੁਕਾ ਦਿੱਤੀ ਗਈ ਹੈ ਦੱਸਣਾ ਬਣਦਾ ਹੈ ਕਿ ਰਵਨੀਤ ਬਿੱਟੂ ਨੇ ਅੰਗਰੇਜ਼ੀ ਵਿੱਚ ਸੌਚੁਕੀ ਤੇ ਮੋਦੀ ਦੀ ਤੀਸਰੀ ਭਾਗ ਤੀਸਰੇ ਕਾਲ ਕਾਲ ਵਿੱਚ ਤੀਸਰੀ ਸਰਕਾਰ ਦੇ ਵਿੱਚ ਕਈ ਉਹ ਚਿਹਰੇ ਵੀ ਹੈ 20 ਮੰਤਰੀ ਹੈ ਜਿਨ੍ਹਾਂ ਨੂੰ ਸਥਾਨ ਨਹੀਂ ਦਿੱਤਾ ਗਿਆ ਉਨ੍ਹਾਂ ਦੇ ਵਿੱਚ ਅਜੇ ਪਟ ਜਿਹੜੇ ਚੋਣ ਜਿੱਤ ਗਏ ਸਨ ਪਰ ਸ਼ਾਂਭਲਨੀ ਕੀਤੇ ਗਏ ਸਾਧਵੀ ਨਰੰਜਨ ਜੋਤੀ ਉਹ ਚੋਣ ਹਾਰ ਗਏ ਸਨ ਮੀਨਾਕਸ਼ੀ ਲੇਖੀ ਉਹਨਾਂ ਨੇ ਚੋਣ ਨਹੀਂ ਸੀ ਲੜੀ ਰਾਜਕੁਮਾਰ ਰਾਜਨ ਸਿੰਘ ਜਨਰਲ ਵੀਕੇ ਸਿੰਘ ਉਹਨਾਂ ਨੇ ਵੀ ਚੋਣ ਨਹੀਂ ਸੀ ਲੜੀ ਆਰ ਕੇ ਸਿੰਘ ਉਹ ਚੋਣ ਹਾਰ ਗਏ ਸਨ ਅਰਜਨ ਮੁੰਡਾ ਉਹ ਚੋਣ ਹਾਰ ਗਏ ਸਨ ਸਿਮਰਤੀ ਇਰਾਨੀ ਇਹ ਵੀ ਚੋਣ ਹਾਰ ਗਏ ਸਨ ਅਨੁਰਾਗ ਠਾਕਰ ਚੋਣ ਜਿੱਤਣ ਦੇ ਬਾਵਜੂਦ ਸ਼ਾਂਭਲਨੀ ਕੀਤੇ ਗਏ ਰਾਜੀਵ ਚੰਦਰ ਸ਼ੇਖਰ ਇਹ ਚੋਣ ਹਾਰ ਗਏ ਸਨ ਇਹਦੇ ਨਾਲ ਹੀ ਨਿਸ਼ਚਿਤ ਪਰਮਾਨਾਇਕ ਇਹ ਚੋਣ ਹਾਰ ਗਏ ਸਨ ਅਜੇ ਮਿਸ਼ਰਾ ਟੈਣੀ ਜਿਨ੍ਹਾਂ ਦੀ ਕਿਸਾਨੀ ਸੰਘਰਸ਼ ਦੇ ਵਕਤ ਬਹੁਤ ਥੂ-ਥੂ ਹੋਈ ਸੀ ਪਰ ਇਹਦੇ باوجود ਵੀ ਉਹਨਾਂ ਨੂੰ ਮੰਤਰੀ ਮੰਡਲ ਵਿੱਚੋਂ ਬਾਹਰ ਨਹੀਂ ਸੀ ਕੀਤਾ ਗਿਆ ਇਹਨਾਂ ਚੋਣਾਂ ਵਿੱਚ ਉਹ ਹਾਰ ਗਏ ਸਨ ਤੇ ਉਹਨਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹਾਲਾਂਕਿ ਜੇ ਬਿੱਟੂ ਨੂੰ ਸ਼ਾਮਲ ਕੀਤਾ ਜਾ ਸਕਦਾ ਤੇ ਉਹਨਾਂ ਨੂੰ ਵੀ ਕੀਤਾ ਜਾ ਸਕਦਾ ਸੀ ਪਰ ਅਦੇ ਮਿਸ਼ਰਾ ਟੈਡੀ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਸੁਭਾ ਸਰਕਾਰ ਇਹ ਵੀ ਚੋਣ ਹਾਰ ਗਏ ਸਨ। ਜੋਬਨ ਬਾਰਲਾ ਤੇ ਇਹਨਾਂ ਦੇ ਨਾਲ ਭਾਰਤੀ ਪਵਾਰ ਇਹ ਚੋਣ ਹਾਰ ਗਏ ਸਨ। ਅਸ਼ਵਨੀ ਕੁਮਾਰ ਚੌਬੇ ਇਹਨਾਂ ਨੇ ਚੋਣ ਨਹੀਂ ਸੀ ਲੜੀ। ਇਹਦੇ ਨਾਲ ਹੀ ਕਈ ਹੋਰ ਚਿਹਰੇ ਨੇ ਜਿਨ੍ਹਾਂ ਨੂੰ ਜਾਂ ਚੋਣ ਜਿੱਤਣ ਜਾਂ ਹਾਰਨ ਦੇ ਕਾਰਨ ਤਕਰੀਬਨ ਇਹ 20 ਚਿਹਰੇ ਹੈ ਜਿਨ੍ਹਾਂ ਨੂੰ ਮੰਤਰੀ ਮੰਡਲ ਵਿੱਚ ਮੁੜ ਤੋਂ ਸ਼ਾਮਲ ਨਹੀਂ ਕੀਤਾ ਗਿਆ। ਗੱਲ ਕਰਦੇ ਆ ਉਚੇਚੇ ਤੌਰ ਤੇ ਹੁਣ ਰਵਨੀਤ ਬਿੱਟੂ ਦੀ ਹਾਲਾਂਕਿ ਕੱਲ ਦੇ ਪ੍ਰੋਗਰਾਮ ਵਿੱਚ ਸੌ ਚੋਕ ਸਭਾਗ ਤੋਂ ਪਹਿਲਾਂ ਮੈਂ ਇਸ ਗੱਲ ਦੇ ਉੱਤੇ ਆਪਣੇ ਪ੍ਰੋਗਰਾਮ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਬਿੱਟੂ ਨੂੰ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ ਤੇ ਉਸ ਖਬਰ ਦੇ ਉੱਤੇ ਮੋਹਰ ਲੱਗੀ ਹੈ ਮੋਦੀ ਸਰਕਾਰ ਦੇ ਵਿੱਚ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਹੈ ਰਵਨੀਤ ਬਿੱਟੂ ਨੂੰ ਪੰਜਾਬ ਭਾਜਪਾ ਦੇ ਰਵਨੀਤ ਬਿੱਟੂ ਨੇ ਮੋਦੀ ਕੈਬਨਿਟ ਵਿੱਚ ਰਾਜ ਮੰਤਰੀ ਵਜੋਂ ਸੌ ਚੁੱਕੀ ਹੈ ਰਵਨੀਤ ਬਿੱਟੂ ਨੇ ਕਿਹਾ ਕਿ ਮੇਰੇ ਲਈ ਇਹ ਵੱਡੀ ਗੱਲ ਹੈ ਕਿ ਚੋਣ ਹਾਰਨ ਦੇ ਬਾਵਜੂਦ ਵੀ ਮੈਨੂੰ ਮੰਤਰੀ ਮੰਡਲ ਵਿੱਚ ਲੈ ਲਿਆ ਗਿਆ ਹੈ। ਇਸ ਵਾਰ ਪੰਜਾਬ ਨੂੰ ਪਹਿਲ ਦਿੱਤੀ ਗਈ ਹੈ। ਬਿੱਟੂ ਨੇ ਇਹ ਵੀ ਆਖਿਆ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਭਾਜਪਾ ਲਈ ਮੈਦਾਨ ਤਿਆਰ ਕਰਨਗੇ। ਬਿੱਟੂ ਨੇ ਇਹ ਵੀ ਆਖਿਆ ਕਿ 2 ਸਾਲ ਪਹਿਲਾਂ ਪੰਜਾਬ ਦੇ ਲੋਕਾਂ ਨੇ ਕਾਂਗਰਸ ਨੂੰ ਨਕਾਰ ਦਿੱਤਾ ਸੀ। ਬਿੱਟੂ ਨੇ ਆਪ ਸਰਕਾਰ ਤੇ ਵੀ ਨਿਸ਼ਾਨਾ ਵੇਨੇ ਆ। ਉਹਨਾਂ ਨੇ ਕਿਹਾ ਆਪ ਕਿਹੜਾ ਸਰਕਾਰ ਕੋਈ ਕੰਮ ਕਰ ਰਹੀ ਹੈ। ਇਹ ਤਾਂ ਹੁਣ ਸਾਰਿਆਂ ਨੂੰ ਪਤਾ ਹੈ ਹੁਣ ਲੋਕਾਂ ਕੋਲ ਸਿਰਫ ਤੇ ਸਿਰਫ ਇੱਕੋ ਹੀ ਬਦਲਾ ਹੈ ਉਹ ਭਾਜਪਾ ਬਿੱਟੂ ਨੇ ਕਿਹਾ ਕਿ ਜੇਕਰ ਮੌਕਾ ਮੈਨੂੰ ਮਿਲਿਆ ਤਾਂ ਮੈਂ ਪੰਜਾਬ ਦਾ ਮੁੱਖ ਮੰਤਰੀ ਵੀ ਬਣਨਾ ਚਾਹੁੰਦਾ ਹੁਣ ਮੁੱਖ ਮੰਤਰੀ ਬਣਨ ਦੇ ਦਾਅਵੇਦਾਰ ਬਹੁਤ ਨੇ ਕਈਆਂ ਨੂੰ ਤਖਲੀਪ ਵੀ ਇਸੇ ਗੱਲੋਂ ਹੈ ਉਹ ਪੰਜਾਬ ਦੇ ਕਈ ਹੋਰ ਵੀ ਵੱਡੇ ਚਿਹਰੇ ਨੇ ਜਿਹੜੇ ਮੁੱਖ ਮੰਤਰੀ ਦੀ ਕੁਰਸੀ ਵੱਲ ਲਾਲਸਾ ਉਹ ਲਲਚਾਈਆਂ ਨਜ਼ਰਾਂ ਨਾਲ ਵੇਖਦੇ ਨੇ ਬਿੱਟੂ ਵੀ ਉਹਨਾਂ ਵਿੱਚੋਂ ਇੱਕ ਹੈ ਬਿੱਟੂ ਨੂੰ ਰਾਜ ਮੰਤਰੀ ਬਣਾਉਣ ਦੀਆਂ ਚਰਚਾਵਾਂ ਪਹਿਲਾਂ ਹੀ ਸ਼ੁਰੂ ਹੋ ਗਈਆਂ ਸਨ ਤੇ ਉਸੇ ਵਕਤ ਤੋਂ ਉਹਨਾਂ ਦੇ ਸਮਰਥਕਾਂ ਵਿੱਚ ਉਤਸ਼ਾਹ ਸੀ ਪਰ ਆਖਰਕਾਰ ਉਹਨਾਂ ਨੂੰ ਰਾਜ ਮੰਤਰੀ ਬਣਾ ਦਿੱਤਾ ਗਿਆ ਭਾਵੇਂ ਰਵਨੀਤ ਬਿੱਟੂ ਲੁਧਿਆਣਾ ਲੋਕ ਸਭਾ ਹਲਕੇ ਤੋਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਸਖਤ ਟੱਕਰ ਦੇਣ ਦੇ ਬਾਵਜੂਦ ਵੀ ਹਾਰ ਗਏ ਸੀ ਪਰ ਅਮਰਿਤ ਸ਼ਾਹ ਨੇ ਲੁਧਿਆਣੇ ਦੇ ਲੋਕਾਂ ਨੂੰ ਦਿੱਤੇ ਬੋਲ ਪੂਗਾ ਦਿੱਤੇ ਹੈ ਉਹਨਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰ ਲਿਆ ਗਿਆ ਬਿੱਟੂ ਦਾ ਲੁਧਿਆਣਾ ਸ਼ਹਿਰੀ ਵਿਧਾਨ ਸਭਾ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਰਿਹਾ ਪਰ ਪਿੰਡੂ ਇਲਾਕਿਆਂ ਦੇ ਵਿੱਚ ਘੱਟ ਵੋਟਾਂ ਕਾਰਨ ਉਹ ਤਕਰੀਬਨ 20 ਕੁ ਹਜ਼ਾਰ ਦੇ ਵੋਟ ਨਾਲ ਹਾਰ ਗਏ ਸਨ ਪ੍ਰਧਾਨ ਮੰਤਰੀ ਮੋਦੀ ਦੇ ਤੀਸਰੇ ਪ੍ਰਧਾਨ ਮੰਤਰੀ ਦੇ ਕਾਰਜਕਾਲ ਵਿੱਚ ਬਿੱਟੂ ਨੂੰ ਇੱਕ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ ਬਿੱਟੂ ਦੱਸਣਾ ਬਣਦਾ ਕਿ ਤਿੰਨ ਵਾਰ ਕਾਂਗਰਸ ਤੇ ਸੰਸਦ ਮੈਂਬਰ ਰਹਿ ਚੁੱਕਿਆ ਹੈ ਬਿੱਟੂ ਪਹਿਲੀ ਵਾਰ 2009 ਵਿੱਚ ਆਨੰਦਪੁਰ ਸਾਹਿਬ ਤੋਂ ਚੋਣ ਲੜੇ ਅਤੇ ਜਿੱਤੇ ਉਹਦੇ ਤੋਂ ਬਾਅਦ 2014 ਅਤੇ 19 ਵਿੱਚ ਲਗਾਤਾਰ ਲੁਧਿਆਣਾ ਤੋਂ ਦੋ ਵਾਰ ਸੰਸਦ ਰਹੇ ਉਹਨਾਂ ਨੇ 2009 ਦੇ ਵਿੱਚ ਪੰਜਾਬ ਜੂਥ ਕਾਂਗਰਸ ਦੇ ਪ੍ਰਧਾਨ ਵਜੋਂ ਆਪਣਾ ਸਿਆਸੀ ਕੈਰੀਅਰ ਸ਼ੁਰੂ ਕੀਤਾ ਸੀ। ਰਵਨੀਤ ਬਿੱਟੂ ਇਸ ਸਮੇਂ ਨਾ ਤਾਂ ਲੋਕ ਸਭਾ ਮੈਂਬਰ ਹੈ ਅਤੇ ਨਾ ਹੀ ਰਾਜ ਸਭਾ ਮੈਂਬਰ ਹੈ। ਫਿਰ ਸਵਾਲ ਪੈਦਾ ਹੁੰਦਾ ਹੋਵੇਗਾ ਕਿ ਉਹ ਮੰਤਰੀ ਕਿਵੇਂ ਬਣੇ रह ਸਕਦੇ ਨੇ। ਪੰਜਾਬ ਵਿਧਾਨ ਸਭਾ ਤੇ ਜੇਕਰ ਨਜ਼ਰ ਮਾਰੀਏ ਤਾਂ ਭਾਜਪਾ ਦੇ ਸਿਰਫ 2 ਵਿਧਾਇਕ ਨੇ। ਇਸ ਕਰਕੇ ਰਵਨੀਤ ਬਿੱਟੂ ਨੂੰ ਪੰਜਾਬ ਦੇ ਵਿੱਚੋਂ ਰਾਜ ਸਭਾ ਭੇਜਣ ਵਾਲੀ ਵੀ ਸਥਿਤੀ ਨਹੀਂ। ਇਸ ਤਰ੍ਹਾਂ ਭਾਜਪਾ ਉਹਨਾਂ ਨੂੰ ਹਰਿਆਣਾ ਜਾਂ ਕਿਸੇ ਹੋਰ ਸੂਬੇ ਦੇ ਵਿੱਚੋਂ ਰਾਜ ਸਭਾ ਭੇਜ ਸਕਦੀ ਹੈ ਹਰਿਆਣਾ ਚ ਕਾਂਗਰਸ ਦੇ ਰਾਜ ਸਭਾ ਮੈਂਬਰ ਦਿਪਿੰਦਰ ਹੁੱਡਾ ਨੇ ਰੋहतक ਹਲਕਾ ਖਾਲੀ ਕਰ ਦਿੱਤਾ ਕਿਉਂਕਿ ਉਹਨਾਂ ਨੇ ਲੋਕ ਸਭਾ ਚੋਣ ਜਿੱਤ ਲਈ ਹੈ ਇਸ ਤਰ੍ਹਾਂ ਉਹਨਾਂ ਨੂੰ 15 ਦਿਨਾਂ ਦੇ ਅੰਦਰ ਅੰਦਰ ਆਪਣੀ ਰਾਜ ਸਭਾ ਸੀਟ ਖਾਲੀ ਕਰਨੀ ਹੋएगी ਹਰਿਆਣਾ ਚ ਵੀ ਭਾਜਪਾ ਦੀ ਸਰਕਾਰ ਹੈ ਮੰਤਰੀ ਬਣਨ ਬਾਅਦ ਬਿੱਟੂ ਦਾ ਪਹਿਲਾ ਬਿਆਨ ਵੀ ਸਾਹਮਣੇ ਆ ਗਿਆ ਉਹਨਾਂ ਨੇ ਕਿਹਾ ਕਿ ਉਹ ਪੰਜਾਬ ਦੀ ਗੱਲ ਕਰਨਗੇ ਜੋ ਕਿ ਭਾਜਪਾ ਦੇ ਵਿੱਚ ਬੈਠ ਕੇ ਹੀ ਹੋ ਸਕਦੀ ਹੈ ਉਨਾ ਕਿਹਾ ਕਿ ਤਿੰਨ ਵਾਰ ਮੈਂ ਸੰਸਦ ਮੈਂਬਰ ਬਣਿਆ ਤਿੰਨ ਵਾਰ ਸੰਸਦ ਮੈਂਬਰ ਬਣਨ ਦੇ ਬਾਵਜੂਦ ਕਾਂਗਰਸ ਨੇ ਮੈਨੂੰ ਇੱਕ ਵਾਰ ਵੀ ਇਸ ਤਰ੍ਹਾਂ ਦੀ ਕੋਈ ਜਗ੍ਹਾ ਨਾ ਦਿੱਤੀ ਜਿੱਥੇ ਮੈਂ ਪੰਜਾਬ ਦੀ ਗੱਲ ਕਰ ਸਕਾਂ ਦੱਸਣਾ ਬਣਦਾ ਕਿ ਰਵਨੀਤ ਬਿੱਟੂ ਭਾਵੇਂ ਤਿੰਨ ਵਾਰ ਦੀ ਗੱਲ ਕਰਦੇ ਐ ਪਰ 2014 ਤੇ 2019 ਵਿੱਚ ਭਾਵੇਂ ਉਹ ਜਿੱਤੇ ਉਸ ਵਕਤ ਕਾਂਗਰਸ ਦੀ ਸਰਕਾਰ ਹੈ ਹੀ ਨਹੀਂ ਸੀ ਖੈਰ ਉਹ ਕਹਿੰਦੇ ਜਿਹੜੀ ਆਸ ਲੈ ਕੇ ਮੈਂ ਭਾਜਪਾ ਦੇ ਵਿੱਚ ਗਿਆ ਸੀ ਅੱਜ ਉਹ ਭਾਜਪਾ ਦੇ ਸੱਚ ਕਰ ਦਿੱਤਾ ਤੇ ਮੇਰੀ ਉਮੀਦ ਦੇ ਉੱਤੇ ਬਿਲਕੁਲ ਉਹ ਸਾਰਾ ਕੁਝ ਮੈਨੂੰ ਸਭ ਕੁਝ ਠੀਕ ਠਾਕ ਨਜ਼ਰ ਆ ਰਿਹਾ ਹੈ ਹੁਣ ਦੇਖਦੇ ਹਾਂ ਕਿ ਅੱਗੇ ਚੱਲ ਕੇ ਪੰਜਾਬ ਦੇ ਭਲੇ ਵਾਸਤੇ ਕੁਝ ਪੰਜਾਬ ਨੂੰ ਲੈ ਕੇ ਆਉਂਦੇ ਆ ਜਾਂ ਫਿਰ ਨਹੀਂ ਦੂਸਰੇ ਪਾਸੇ ਗੱਲ ਕਰਦੇ ਹਾਂ ਮਮਤਾ ਬੈਨਰਜੀ ਦੀ ਪੱਛਮੀ ਬੰਗਾਲ ਦੀ ਉਹ ਮੁੱਖ ਮੰਤਰੀ ਨੇ ਤੇ ਉਹਨਾਂ ਨੇ ਇੱਕ ਵਾਰ ਫਿਰ ਤੋਂ ਵੱਡਾ ਦਾਅਵਾ ਕੀਤਾ ਹੈ ਉਹਨਾਂ ਨੇ ਆਖਿਆ ਕਿ ਭਾਵੇਂ ਇੰਡੀਆ ਗੱਠ ਜੋੜ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਨਹੀਂ ਕਰ ਸਕਿਆ ਪਰ ਇਹਦਾ ਮਤਲਬ ਇਹ ਹਰ ਕਿਸੇ ਨਾਲ ਲਿਆ ਜਾਵੇ ਕਿ ਭਵਿੱਖ ਦੇ ਵਿੱਚ ਇੰਡੀਆ ਗੱਠ ਜੋੜ ਸਰਕਾਰ ਨਹੀਂ ਬਣਾ ਸਕਦਾ ਤ੍ਰਿਨਮੂਲ ਕਾਂਗਰਸ ਤੇ ਸੰਸਦਾਂ ਦੇ ਨਾਲ ਮੁਲਾਕਾਤ ਕਰਨ ਦੇ ਵਕਤ ਮਮਤਾ ਬੇਨਰਜੀ ਕਾਫੀ ਖੁਸ਼ ਸਨ ਉਹਨਾਂ ਨੇ ਕਿਹਾ ਕਿ ਜੇਕਰ ਕਮਜ਼ੋਰ ਅਤੇ ਅਸਥਾਈ ਐਨਡੀਏ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰ ਦਿੱਤਾ ਜਾਂਦਾ ਤਾਂ ਭਾਜਪਾ ਅੱਜ ਗੈਰ ਜਮਹੂਰੀ ਅਤੇ ਗੈਰ ਕਾਨੂੰਨੀ ਤਰੀਕੇ ਨਾਲ ਭਾਵੇਂ ਸਰਕਾਰ ਬਣਾ ਵੀ ਰਹੀ ਹੈ ਕੁਝ ਸਮਾਂ ਫਿਰ ਅਸੀਂ ਉਡੀਕ ਕਰਾਂਗੇ ਜਦੋਂ ਸਹੀ ਸਮਾਂ ਆਵੇਗਾ ਇੰਡੀਆ ਗੱਠ ਜੋੜ ਦੀ ਸਰਕਾਰ ਜ਼ਰੂਰ ਬਣੇਗੀ ਤਿਰੰਮੂਲ ਕਾਂਗਰਸ ਜਨਵਰੀ ਦੇ ਵਿੱਚ ਪੱਛਮੀ ਬੰਗਾਲ ਦੇ ਵਿੱਚ ਇੰਡੀਆ ਗੱਠ ਜੋੜ ਤੋਂ ਬਾਹਰ ਹੋ ਗਈ ਸੀ ਪਰ ਮੰਮਤਾ ਬੈਨਰਜੀ ਨੇ ਕਿਹਾ ਸੀ ਕਿ ਉਹਨਾਂ ਦੀ ਪਾਰਟੀ ਰਾਸ਼ਟਰੀ ਪੱਧਰ ਤੇ ਇਸ ਵਿਰੋਧੀ ਧੜੇਪਾਵ ਇੰਡੀਆ ਗੱਠ ਜੋੜ ਦਾ ਹਿੱਸਾ ਬਣੀ ਰਹੇਗੀ ਅਤੇ ਸਰਕਾਰ ਜੇਕਰ ਬਣੀ ਤਾਂ ਸਵਰਥਨ ਕਰੇਗੀ ਜਦੋਂ ਸੌ ਚੁੱਕ ਸਮਾਗਮ ਦੇ ਬਾਬਤ ਉਹਨਾਂ ਨੂੰ ਪੁੱਛਿਆ ਗਿਆ ਉਹਨਾਂ ਨੇ ਆਖਿਆ ਕਿ ਪ੍ਰਧਾਨ ਮੰਤਰੀ ਦੇ ਸੌ ਚੁੱਕ ਸਮਾਗਮ ਦੇ ਵਾਸਤੇ ਨਾ ਤਾਂ ਉਹਨਾਂ ਨੂੰ ਕੋਈ ਸੱਦਾ ਮਿਲਿਆ ਅਤੇ ਨਾ ਹੀ ਉਹ ਰਾਸ਼ਟਰਪਤੀ ਭਵਨ ਦੇ ਵਿੱਚ ਆਯੋਜਿਤ ਇਸ ਸਮਾਗਮ ਦਾ ਹਿੱਸਾ ਬਣਨ ਦਾ ਇਰਾਦਾ ਹੀ ਰੱਖਦੇ ਸੀ ਤੇ ਹੁਣ ਗੱਲ ਕਰਦੇ ਆਂ ਪੰਜਾਬ ਦੀ ਸਿਆਸਤ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸਤੀਫਾ ਮੰਗਿਆ ਪਰ ਕਿਸੇ ਆਪ ਆਗੂ ਨੇ ਨਹੀਂ ਹਰ ਸਿਮਰਤ ਕੌਰ ਬਾਦਲ ਨੇ ਮੰਗਿਆ ਹਰ ਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਉਹਨਾਂ ਦੇ ਵੱਲੋਂ 117 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਸਿਰਫ 33 ਦੇ ਉੱਤੇ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਲੀਡ ਹਾਸਲ ਕੀਤੀ ਗਈ ਹੈ ਤੇ ਇਸ ਕਰਕੇ ਉਹਨਾਂ ਨੂੰ ਸੱਤਾ ਵਿੱਚ ਬਣੇ ਰਹਿਣ ਦਾ ਹੁਣ ਕੋਈ ਹੱਕ ਨਹੀਂ ਰਹਿ ਗਿਆ ਅਸਲ ਵਿੱਚ ਉਹ ਮਾਨਸਾ ਤੇ ਸਰਦੂਲਗੜ ਦੇ ਵਿੱਚ ਧਨਵਾਦੀ ਦੌਰੇ ਕਰ ਰਹੇ ਸੀ ਉਹਨਾਂ ਨੇ ਉੱਥੇ ਕੁਝ ਇਕੱਠਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀਆਂ ਨੇ ਭਗਵੰਤ ਮਾਨ ਨੂੰ ਨਕਾਰ ਦਿੱਤਾ ਹੈ ਉਹਨਾਂ ਦੀ ਲੋਕਪ੍ਰਿਤਾ ਹੁਣ ਪੰਜਾਬੀਆਂ ਵਿੱਚ ਨਹੀਂ ਰਹੀ ਉਹਨਾਂ ਕਿਹਾ ਕਿ ਹੁਣ ਭਗਵੰਤ ਮਾਨ ਨੂੰ ਨੈਤਿਕ ਦਲੇਰੀ ਦਿਖਾਉਂਦੇ ਆਂ ਤੁਰੰਤ ਆਪਣੇ ਅਸਤੀਫੇ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਅჯਹਾ ਕਰਨਾ ਇਸ ਕਰਕੇ ਵੀ ਲਾਜ਼ਮੀ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਦੇ ਨਾਮ ਤੇ ਚੋਣਾਂ ਲੜੀਆਂ ਸੀ ਅਤੇ ਲੋਕਾਂ ਨੇ ਉਹਨਾਂ ਨੂੰ ਠੁਕਰਾ ਦਿੱਤਾ ਨਕਾਰ ਦਿੱਤਾ ਮਾਰਸਾ ਦੇ ਪਿੰਡ ਫਾਫੜੇ ਭਾਈ ਵਿਖੇ ਅਕਾਲੀ ਦਲ ਦੀ ਕਾਰਗੁਜ਼ਾਰੀ ਦੀ ਗੱਲ ਕਰਦਿਆਂ ਹਰ ਸਿਮਰਤ ਬਾਦਲ ਨੇ ਕਿਹਾ ਕਿ ਦਿੱਲੀ ਆਧਾਰਿਤ ਪਾਰਟੀਆਂ ਨੇ ਰਲ ਕੇ ਲੋਕ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਦੀ ਬਦਨਾਮੀ ਕੀਤੀ ਉਨਾ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਆਪੋ ਆਪਣੀਆਂ ਸੀਟਾਂ ਤੇ ਉਮੀਦਵਾਰ ਵੀ ਉਹ ਚੁਣੇ ਜੋ ਉਹਨਾਂ ਨੂੰ ਠੁਕ ਮੇ ਲੱਗਦੇ ਸੀ ਹੁਣ ਇੱਥੇ ਇਹ ਟਿੱਪਣੀ ਕਰਨੀ ਪਊ ਕਿ ਕੀ ਅਕਾਲੀ ਦਲ ਨੇ ਉਹ ਉਮੀਦਵਾਰ ਨਹੀਂ ਸੀ ਚੁਣੇ ਜਿਹੜੇ ਅਕਾਲੀ ਦਲ ਨੂੰ ਠੁਕ ਮੇ ਲੱਗਦੇ ਸੀ ਇੱਥੇ ਫਿਰ ਉਹਨਾਂ ਨੇ ਕਿਹਾ ਕਿ ਇਹਦੇ ਤੋਂ ਇਲਾਵਾ ਤਿੰਨ ਪਾਰਟੀਆਂ ਕਾਂਗਰਸ ਆਪ ਅਤੇ ਭਾਜਪਾ ਇਹਨਾਂ ਨੇ ਲੜ ਕੇ ਅਕਾਲੀ ਦਲ ਦਾ ਵਿਰੋਧ ਕੀਤਾ ਹਰ ਸਿਮਰਤ ਨੇ ਇਹ ਵੀ ਆਖਿਆ ਕਿ ਪੰਜਾਬੀਆਂ ਨੇ ਇਹ ਸਾਜ਼ਿਸ਼ ਤੇ ਖੇਡ ਸਮਝ ਲਈ ਅਤੇ ਇਸੇ ਕਾਰਨ ਉਹਨਾਂ ਨੂੰ ਵਿਸ਼ਵਾਸ ਦਿੱਤਾ ਹੈ ਅਤੇ ਨਾਲ ਉਹ ਕਹਿੰਦੇ ਆਉਂਦੀਆਂ ਜ਼ਿਮਨੀ ਚੋਣਾਂ ਦੇ ਵਿੱਚ ਵੀ ਜਿੱਤ ਤਾਂ ਸਿਰਫ ਅਕਾਲੀ ਦਲ ਦੀ ਹੋਏਗੀ ਕਿਉਂਕਿ ਪੰਜਾਬ ਦੇ ਵਿੱਚ 5 ਵਿਧਾਨ ਸਭਾ ਹਲਕਿਆਂ ਦੇ ਵਿੱਚ ਜ਼ਿਮਨੀ ਚੋਣਾਂ ਹੋਣਗੀਆਂ ਉਹਨਾਂ ਨੇ ਪਾਰਟੀ ਕਾਡਰ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਜ਼ਿਮਨੀ ਚੋਣਾਂ ਦੇ ਵਿੱਚ ਅਕਾਲੀ ਦਲ ਦੀ ਡਟ ਕੇ ਹਮਾਇਤ ਕਰਨ ਆਪਣੀ ਜਿੱਤ ਨੂੰ ਲੋਕਾਂ ਦੀ ਜਿੱਤ ਕਰਾਰ ਦਿੰਦੇ ਆ ਹਰ ਸਿਵਰਤ ਕੌਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਿਵਲ ਅਤੇ ਪੁਲਿਸ ਅਫਸਰਾਂ ਤੇ ਦਬਾਅ ਬਣਾ ਕੇ ਆਪ ਉਮੀਦਵਾਰ ਦੀ ਜਿੱਤ ਲਈ ਕੰਮ ਕਰਨ ਵਾਸਤੇ ਦਬਾਅ ਬਣਾਇਆ ਸੀ ਉਹਨਾਂ ਇਹ ਵੀ ਆਖਿਆ ਕਿ ਅਜਿਹੇ ਹਾਲਾਤ ਦੇ ਵਿੱਚ ਇਹ ਲੋਕਾਂ ਨੇ ਵੇਖਣਾ ਹੈ ਕਿ ਉਹ ਆਮ ਉਮੀਦਵਾਰ ਨੂੰ ਕਿਉਂ ਰੱਦ ਕਰ ਰਹੇ ਨੇ ਹਾਲਾਂਕਿ ਜੇਕਰ ਧਿਆਨ ਚੋਣ ਨਤੀਜਿਆਂ ਤੇ ਮਾਰੀਏ ਤਾਂ ਹਰ ਸਿਮਰਤ ਕੌਰ ਬਾਦਲ ਇੱਕਲੋਤੇ ਉਮੀਦਵਾਰ ਸਨ ਜਿਨ੍ਹਾਂ ਨੇ ਜਿੱਤ ਦਰਜ ਕੀਤੀ ਹੈ ਬਾਕੀ 13 ਦੇ ਵਿੱਚੋਂ 10 ਉਮੀਦਵਾਰ ਜਿਹੜੇ ਅਕਾਲੀ ਦਲ ਦੇ ਸਨ ਉਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਨੇ ਹਰ ਸਿਮਰਤ ਕੌਰ ਬਾਦਲ ਨੇ ਇਹ ਵੀ ਆਖਿਆ ਹੈ ਇਹ ਵੀ ਬਹੁਤ ਮੰਦ ਭਾਗ ਹੈ ਕਿ ਸਿੱਖ ਕੌਮ ਜੂਨ ਦੇ ਮਹੀਨੇ ਭਾਵ ਜੂਨ ਦੇ ਪਹਿਲੇ ਹਫਤੇ ਕੱਲੂ ਘਰਾ ਦਿਵਸ ਮਨਾਉਂਦੀ ਹੈ। ਇਸੇ ਦੌਰਾਨ ਇੰਦਰਾ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਨੇ ਸ਼੍ਰੀ ਦਰਬਾਰ ਸਾਹਿਬ ਤੇ ਟੈਂਕਾਂ ਤੇ ਤੋਪਾਂ ਦੇ ਨਾਲ ਹਮਲਾ ਕੀਤਾ ਸੀ ਪਰ ਇਹਦੇ باوجود ਵੀ ਕਾਂਗਰਸ ਲਈ ਪੰਜਾਬੀਆਂ ਨੇ ਸਭ ਤੋਂ ਵੱਧ ਵੋਟਾਂ ਪਾਈਆਂ ਜਿਨ੍ਹਾਂ ਨੇ ਸਾਕਾ ਨੀਲਾ ਤਾਰਾ ਕਰਵਾਇਆ ਸੀ ਤੇ ਇਹਦੇ ਤੋਂ ਬਾਅਦ ਦਿੱਲੀ ਦੇ ਸਮੇਤ ਮੁਲਕ ਦੇ ਕਈ ਹੋਰ ਸ਼ਹਿਰਾਂ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ। ਬੀਬੀ ਹਰਸਿਮਰਤ ਕੌਰ ਬਾਦਲ ਨੇ ਇਹ ਵੀ ਕਿਹਾ ਕਿ ਅਕਾਲੀ ਦਲ ਤਾਂ ਸਿਧਾਂਤਾਂ ਦੀ ਪਾਰਟੀ ਹੈ ਉਹ ਦਰਿਆਈ ਪਾਣੀਆਂ ਰਾਜਸਤਾਨੀ ਚੰਡੀਗੜ੍ਹ ਤੇ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਪੰਜਾਬ ਦੇ ਮੁੱਦਿਆਂ ਤੇ ਇਹ ਕਦੇ ਸਮਝੌਤਾ ਨਹੀਂ ਕਰਦੀ ਉਹਨਾਂ ਕਿਹਾ ਕਿ ਸਾਡੇ ਲਈ ਪੰਜਾਬ ਤੇ ਪੰਜਾਬੀ ਪਹਿਲਾਂ ਨੇ ਉਹਨਾਂ ਇਹ ਵੀ ਆਖਿਆ ਕਿ ਅਕਾਲੀ ਦਲ ਪੰਜਾਬੀਆਂ ਦੀਆਂ ਖੇਤਰੀ ਇੱਛਾਵਾਂ ਦੇ ਵਾਸਤੇ ਉਹਨਾਂ ਦੀ ਪੂਰਤੀ ਦੇ ਵਾਸਤੇ ਡਟ ਕੇ ਕੰਮ ਕਰਦਾ ਰਹੇਗਾ ਹਰਸਿਮਰਤ ਕੌਰ ਬਾਦਲ ਨੇ ਭਾਵੇਂ ਹੀ ਪੰਜਾਬ ਦੇ ਮੁੱਖ ਮੰਤਰੀ ਤੋਂ ਨੈਤਿਕਤਾ ਦੇ ਆਧਾਰ ਤੇ ਅਸਤੀਫੇ ਦੀ ਮੰਗ ਕੀਤੀ ਹੈ ਪਰ ਹਜੇ ਤੱਕ ਆਮ ਆਦਮੀ ਪਾਰਟੀ ਦੇ ਕਿਸੇ ਵੀ ਵੱਡੇ ਜਾਂ ਛੋਟੇ ਆਗੂ ਦੇ ਵੱਲੋਂ ਮੁੱਖ ਮੰਤਰੀ ਮਾਨ ਤੋਂ ਅਸਤੀਫੇ ਦੀ ਮੰਗ ਨਹੀਂ ਕੀਤੀ ਗਈ ਜਦੋਂ ਕਿ ਜੇਕਰ ਅਕਾਲੀ ਦਲ ਵੱਲ ਝਾਤ ਮਾਰੀਏ ਤਾਂ 2022 ਦੀਆਂ ਵਿਧਾਨ ਸਭਾ ਚੋਣਾਂ ਚ ਕਰਾਰੀ ਹਾਰ ਤੋਂ ਬਾਅਦ ਝੁੰਡਾ ਕਮੇਟੀ ਬਣਾਈ ਗਈ ਤੇ ਉਹਦੀ ਰਿਪੋਰਟ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਬਗਾਵਤ ਹੋਈ ਸੀ ਅਤੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ 10 ਉਮੀਦਵਾਰਾਂ ਦੀ ਜ਼ਮਾਨਤਾਂ ਜ਼ਬਤ ਹੋਣ ਬਾਅਦ ਇੱਕ ਵਾਰ ਉਹੀ ਲਾਵਾ ਫਿਰ ਫੁੱਟ ਚੁੱਕਾ ਹੈ ਮਨਪ੍ਰੀਤ ਇਹਾੜੀ ਉਹ ਆਪਣੇ ਆਪ ਨੂੰ ਅਕਾਲੀ ਦਲ ਤੋਂ ਲਾਂਬੇ ਕਰ ਚੁੱਕੇ ਨੇ ਕਿ ਜਿੰਨੀ ਦੇਰ ਤੱਕ ਇਹ ਰਿਪੋਰਟ ਲਾਗੂ ਨਹੀਂ ਕੀਤੀ ਜਾਂਦੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜਗੀਰ ਕੌਰ ਅਤੇ ਸੁਖਦੇਵ ਸਿੰਘ ਢੀਂਡਸਾ ਤੇ ਕਈ ਹੋਰ ਸੀਨੀਅਰ ਤੇ ਦਿਗਜ ਆਗੂ ਮੋੜ ਅਕਾਲੀ ਲੀਡਰਸ਼ਿਪ ਤੇ ਸਵਾਲ ਖੜੇ ਕਰ ਰਹੇ ਨੇ ਹੁਣ ਦੇਖਣਾ ਹੋਏਗਾ ਕਿ ਕੀ ਸੁਖਵੀਰ ਬਾਦਲ ਪਾਰਟੀ ਦੀ ਭਲਾਈ ਵਾਸਤੇ ਆਪਣੇ ਅਹੁਦੇ ਤੋਂ ਲਾਂਬੇ ਹੋਣਗੇ ਜਾਂ ਅਕਾਲੀ ਦਲ ਦੀ ਮਜ਼ਬੂਤੀ ਵਾਸਤੇ ਕੋਈ ਹੋਰ ਫਾਰਮੂਲਾ ਤਿਆਰ ਕਰਨਗੇ ਰਹੀ ਗੱਲ ਪੰਜਾਬ ਦੀਆਂ ਖੇਤਰੀ ਮੰਗਾਂ ਦੀ ਅੱਜ ਤੱਕ ਬੰਦੀ ਸਿੰਘਾਂ ਜਾਂ ਚੰਡੀਗੜ੍ਹ ਵਰਗੇ ਮੁੱਦੇ ਨੂੰ ਹੱਲ ਕਰਵਾਉਣ ਵਾਸਤੇ ਜਦੋਂ ਜਦੋਂ ਵੀ ਅਕਾਲੀ ਦਲ ਐਨਡੀਏ ਵਿੱਚ ਸਰਕਾਰ ਦਾ ਹਿੱਸਾ ਵਣਦਾ ਰਿਹਾ ਤਾਂ ਬੀਬੀ ਹਰਸਿਮਰਤ ਕੌਰ ਬਾਦਲ ਕੋਲ ਸ਼ਾਇਦ ਇਸ ਗੱਲ ਦਾ ਜਵਾਬ ਨਾ ਹੋਵੇ ਕਿ ਕਿਹੜੀ ਮੰਗ ਰੱਖ ਕੇ ਉਸ ਸਰਕਾਰ ਦੇ ਵਿੱਚ ਸ਼ਾਮਲ ਹੁੰਦੇ ਰਹੇ ਬਗੈਰ ਸ਼ਰਤ ਸਰਕਾਰ ਵਿੱਚ ਸ਼ਾਮਲ ਹੋਣਾ ਤੇ ਅੱਜ ਅਕਾਲੀ ਦਲ ਦੀ ਬਰਬਾਦੀ ਦਾ ਕਾਰਨ ਬਣ ਰਿਹਾ ਹੈ ਤੇ ਹੁਣ ਗੱਲ ਕਰਦੇ ਆ ਬਿਕਰਮ ਸਿੰਘ ਮਜੀਠੀਆ ਦੀ ਬਹੁ ਕਰੋੜੀ ਡਰੱਗ ਮਾਮਲਾ ਹੈ ਉਹਦੇ ਵਿੱਚ ਇੱਕ ਵਾਰ ਫਿਰ ਤੋਂ ਬਿਕਰਮ ਮਜੀਠੀਆ ਨੂੰ ਸਿੱਟ ਦੇ ਵੱਲੋਂ ਤਲਬ ਕਰ ਲਿਆ ਗਿਆ ਹੈ ਸਿੱਟ ਦੇ ਵੱਲੋਂ ਮਜੀਠੀਆ ਨੂੰ ਜਿਹੜੀ ਤਾਰੀਖ ਦਿੱਤੀ ਗਈ ਹੈ ਉਹ 18 ਜੂਨ ਹੈ 18 ਜੂਨ ਨੂੰ ਬਿਕਰਮ ਮਜੀਠੀਆ ਨੂੰ ਪਟਿਆਲੇ ਤਲਬ ਕੀਤਾ ਗਿਆ ਜਿੱਥੇ ਉਹਨਾਂ ਕੋਲੋਂ ਇਸ ਮਾਮਲੇ ਸੰਬੰਧੀ ਪੁੱਛਗਿੱਛ ਕੀਤੀ ਜਾਏਗੀ ਇਸ ਮਾਮਲੇ ਦੀ ਜਾਂਚ ਪਟਿਆਲਾ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਵੱਲੋਂ ਕੀਤੀ ਜਾ ਰਹੀ ਹੈ ਪਰ ਲੋਕ ਸਭਾ ਚੋਣਾਂ ਦੇ ਕਾਰਨ ਇਹ ਮਾਮਲਾ ਕੁਝ ਸਮੇਂ ਵਾਸਤੇ ਠੰਡੇ ਬਸਤੇ ਵਿੱਚ ਪੈ ਗਿਆ ਸੀ ਅਤੇ ਅਪ੍ਰੈਲ ਮਈ ਦੌਰਾਨ ਕਿਸੇ ਤੋਂ ਵੀ ਪੁੱਛਗਿੱਛ ਨਹੀਂ ਕੀਤੀ ਗਈ ਹੁਣ ਜਿਵੇਂ ਹੀ ਚੋਣਾਂ ਸੰਪੰਨ ਹੋਈਆਂ ਨੇ ਤਾਂ ਜਾਂਚ ਫਿਰ ਤੇਜ਼ੀ ਲੈ ਆਂਦੀ ਜਾ ਰਹੀ ਹੈ ਇਹਦੇ ਤੋਂ ਪਹਿਲਾਂ ਬਿਕਰਮ ਸਿੰਘ ਮਜੀਠੀਆ ਦੇ ਕਰੀਬੀ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਦੱਸਣਾ ਬਣਦਾ ਕਿ ਪੁਲਿਸ ਨੇ ਮਜੀਠੀਆ ਦੇ ਖਿਲਾਫ ਇਹ ਕੇਸ ਲਗਭਗ 3 ਕੁਸਾਲ ਪਹਿਲਾਂ 20 ਦਸੰਬਰ 2021 ਨੂੰ ਕਾਂਗਰਸ ਦੀ ਹਕੂਮਤ ਵਕਤ ਦਰਜ ਕੀਤਾ ਸੀ ਇਹਦੇ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਯਾਤਰਾ ਵੀ ਕਰਨੀ ਪਈ ਸੀ ਇਸ ਵਕਤ ਬਿਕਰਮ ਮਜੀਠੀਆ ਇਸ ਕੇਸ ਵਿੱਚੋਂ ਬਰੀ ਨਹੀਂ ਸਗੋਂ ਜ਼ਮਾਨਤ ਤੇ ਜੇਲ੍ਹ ਤੋਂ ਬਾਹਰ ਆਏ ਹੋਏ ਨੇ ਤੇ ਹੁਣ ਗੱਲ ਕਰਦੇ ਹਾਂ ਕੁਲਵਿੰਦਰ ਕੌਰ ਅਤੇ ਕੰਗਣਾ ਰਣਾਉਤ ਦੇ ਪਏ ਥੱਪੜ ਦੀ ਸ਼ਹੀਦ ਭਗਤ ਸਿੰਘ 에য়ারਪੋਰਟ ਮੋਹਾਲੀ ਤੇ ਬੀਤੇ ਕੁਝ ਦਿਨ ਪਹਿਲਾਂ ਹਿਮਾਚਲ ਦੇ ਵਿੱਚੋਂ ਮੰਡੀ ਤੋਂ ਚੁਣੀ ਗਈ ਲੋਕ ਸਭਾ ਮੈਂਬਰ ਕੰਗਣਾ ਰਣਾਉਤ CISF ਸਟਾਫ ਦੀ ਕੁਲਵਿੰਦਰ ਕੌਰ ਦੇ ਵੱਲੋਂ ਥੱਪੜ ਮਾਰੇ ਜਾਣ ਦੀ ਘਟਨਾ ਦੇ ਕਾਰਨ ਹੁਣ ਵੀ ਸੁਰਖੀਆਂ 'ਚ ਹੈ। ਕੁਲਵਿੰਦਰ ਕੌਰ ਦੇ ਖਿਲਾਫ FIR ਦਰਜ ਕਰ ਲਈ ਗਈ ਸੀ ਜਿਸ ਨੂੰ ਰੱਦ ਕਰਵਾਉਣ ਦੇ ਵਾਸਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਐਤਵਾਰ ਦੇ ਸਵੇਰ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਕੱਠੀਆਂ ਹੋਈਆਂ ਸੀ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠ ਹੋਇਆ ਇਕੱਠੇ ਹੋਏ ਕਿਸਾਨਾਂ ਦੇ ਵੱਲੋਂ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਤੋਂ ਐਸਐਸਪੀ ਦਫ਼ਤਰ ਮੋਹਾਲੀ ਵੱਲ ਮਾਰਚ ਕੀਤਾ ਗਿਆ ਜਿਸ ਦੇ ਵਿੱਚ अनेका ਕਿਸਾਨ ਸ਼ਾਮਲ ਹੋਏ ਐ ਟ੍ਰੈਫਿਕ ਨੂੰ ਸੁਚਾਰੂ ਢੰਗ ਦੇ ਨਾਲ ਚਲਾਉਣ ਵਾਸਤੇ ਮੋਹਾਲੀ ਪੁਲਿਸ ਦੇ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਅਮਲ ਵਿੱਚ ਲਿਆਂਦੇ ਗਏ ਸੀ ਕਿਸਾਨਾਂ ਦੇ ਵੱਲੋਂ ਮੋਹਾਲੀ ਦੇ ਗੁਰਦੁਆਰਾ ਆਂਬ ਸਾਹਿਬ ਦੇ ਵਿੱਚ ਜਿਹੜਾ ਇਹ ਇਕੱਠ ਕੀਤਾ ਗਿਆ ਇੱਥੇ ਇਕੱਠੇ ਹੋ ਕੇ ਵਿਚਾਰਾਂ ਕੀਤੀਆਂ ਗਈਆਂ ਅਤੇ ਡੀਸੀ ਦਫ਼ਤਰ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਸੀਆਈਐਸਐਫ ਸਿਪਾਹੀ ਗੁਲਵਿੰਦਰ ਕੌਰ ਦੇ ਖਿਲਾਫ ਜਿਹੜਾ ਮੁਕੱਦਮਾ ਦਰਜ ਕੀਤਾ ਗਿਆ ਉਹ ਵਾਪਸ ਲਿਆ ਜਾਵੇ ਅਤੇ ਮੁਤਲੀ ਜਿਹੜੀ ਕੀਤੀ ਗਈ ਹੈ ਉਹ ਉਹਨਾਂ ਨੂੰ ਬਹਾਲ ਕੀਤਾ ਜਾਵੇ। ਇਹਦੇ ਲਈ ਉਹ ਮੁੱਖ ਮੰਤਰੀ ਦੇ ਨਾਮ ਆਪਣਾ ਮੰਗ ਪੱਤਰ ਮੁਹਾਲੀ ਦੀ ਡੀਸੀ ਆਸ਼ਿਕਾ ਜੈਨ ਨੂੰ ਦੇ ਕੇ ਆਈ ਹੈ। ਕਿਸਾਨ ਆਗੂ ਸਰਵਣ ਸਿੰਘ ਭੰਦੇਰ ਨੇ ਕਿਹਾ ਕਿ ਗੁਲਵਿੰਦਰ ਕੌਰ ਤੇ ਝੂਠਾ ਮੁਕੱਦਮਾ ਬਣਾ ਕੇ ਉਸ ਨੂੰ ਫਸਾਇਆ ਜਾ ਰਿਹਾ ਹੈ ਜਦਕਿ ਉਸ ਤੇ ਜੋ ਥੱਪੜ ਮਾਰਨ ਦਾ ਦੋਸ਼ ਲਗਾਇਆ ਜਾ ਰਿਹਾ ਹੈ ਉਸ ਸੰਬੰਧੀ ਅਜੇ ਤੱਕ ਕੋਈ ਸਬੂਤ ਜਾਂ ਵੀਡੀਓ ਸਾਹਮਣੇ ਨਹੀਂ ਆਇਆ। ਪੰਦੀਰ ਨੇ ਕਿਹਾ ਕਿ ਕੰਗਣਾ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੰਗਣਾ ਰਣੌਤ ਦਾ ਟਵਿੱਟਰ ਖਾਤਾ ਬੰਦ ਕਰਵਾਇਆ ਜਾਵੇ। ਇਹਦੇ ਨਾਲ ਹੀ ਉਹਨਾਂ ਨੇ ਕੰਗਣਾ ਰਣੌਤ ਤੋਂ ਪਦਮ ਸ਼੍ਰੀ ਵਾਪਸ ਲੈਣ ਦੀ ਮੰਗ ਵੀ ਕੀਤੀ ਹੈ। ਕਿਸਾਨਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਕੰਗਣਾ ਰਣੌਤ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦੀ ਸੰਸਦ ਵਿੱਚ ਕੰਗੜਾ ਨੂੰ ਸਿੱਖਾਂ ਨੂੰ ਅਤਵਾਦੀ ਅਤੇ ਵੱਖਵਾਦੀ ਕਹਿਣ ਦਾ ਜਵਾਬ ਵੀ ਦੇਣਾ ਚਾਹੀਦਾ ਹੈ। ਮੈਂ ਪਿੱਤੇ ਦਿਨੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਅਸਲ ਦੇ ਵਿੱਚ ਭਾਜਪਾ ਦੇ ਕੌਮੀ ਜਾਂ ਸੂਬਾ ਪ੍ਰਧਾਨ ਨੂੰ ਇਹਦੇ ਉੱਤੇ ਜਵਾਬ ਦੇਣਾ ਚਾਹੀਦਾ ਹੈ ਕਿ ਪੰਜਾਬੀਆਂ ਨੂੰ ਖਾਲਿਸਤਾਨੀ ਵੱਖਵਾਦੀ ਜਾਂ ਅੱਤਵਾਦੀ ਕਹਿਣਾ ਕੀ ਇਹ ਭਾਜਪਾ ਦਾ ਬਿਆਨ ਹੈ ਜਾਂ ਸਿਰਫ ਕੰਗਣਾ ਰਣੌਤ ਦਾ ਆਪਣਾ ਨਿੱਜੀ ਬਿਆਨ ਹੈ ਉਹ ਕਹਿੰਦੇ ਪੰਜਾਬ ਦੇ ਲੋਕ ਸਭਾ ਮੈਂਬਰਾਂ ਨੂੰ ਵੀ ਇਸ ਸਬੰਧੀ ਪ੍ਰਧਾਨ ਮੰਤਰੀ ਤੋਂ ਸਵਾਲ ਪੁੱਛਣਾ ਚਾਹੀਦਾ ਹੈ ਤੇ ਦੂਸਰੇ ਪਾਸੇ ਇਸੇ ਖਬਰ ਤੇ ਉੱਤੇ ਅਕਾਲੀ ਦਲ ਦੀ ਸੀਨੀਅਰ ਆਗੂ ਅਤੇ ਐਸ்சி ਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ ਕਿਉਂਕਿ ਏਅਰਪੋਰਟ ਤੇ ਇਸ ਘਟਨਾ ਨੂੰ ਲੈ ਕੇ ਲਗਾਤਾਰ ਹਾਲੇ ਵੀ ਗੂੰਜ ਪੈ ਰਹੀ ਹੈ ਬੀਬੀ ਜਗੀਰ ਕੌਰ ਨੇ ਕਿਹਾ ਕਿ ਜਿਹੜੀ ਇਹ ਘਟਨਾ ਵਾਪਰੀ ਹੈ ਇਹ ਵਾਪਰਨੀ ਨਹੀਂ ਨਹੀਂ ਸੀ ਚਾਹੀਦੀ ਕਿਉਂਕਿ ਦੋਵੇਂ ਪੋਸਟਾਂ ਜ਼ਿੰਮੇਵਾਰ ਨੇ ਬੀਬੀ ਜਗੀਰ ਕੌਰ ਨੇ ਆਖਿਆ ਕਿ ਕੰਗਰਾਂਾ ਰੌਤੋਂ ਇਹ ਗੱਲ ਸ਼ੁਰੂ ਹੋਈ ਸੀ ਕਿਉਂਕਿ ਕਿਸਾਨੀ ਦੇ ਵਿਰੋਧ ਦੇ ਵਿੱਚ ਉਹ ਬਿਆਨਬਾਜ਼ੀ ਅਕਸਰ ਕਰਦੀ ਰਹਿੰਦੀ ਹੈ ਤੇ ਵਿਵਾਦਾਂ ਵਿੱਚ ਰਹਿੰਦੀ ਹੈ ਖਾਸ ਕਰਕੇ ਉਸ ਸਮੇਂ ਜਦੋਂ ਦੇਸ਼ 'ਚ ਦਿੱਲੀ 'ਚ ਸਰਹੱਦ ਦੇ ਉੱਤੇ ਹੱਕੀ ਮੰਗਾਂ ਦੇ ਵਾਸਤੇ ਕਿਸਾਨ ਆਪਣੇ ਧਰਨੇ ਤੇ ਬੈਠੇ ਸੀ ਤਾਂ ਕਿਸਾਨਾਂ ਦੇ ਨਾਲ ਉਹਨਾਂ ਦੀਆਂ ਪਰਿਵਾਰਕ ਔਰਤਾਂ ਵੀ ਬੈਠੀਆਂ ਸੀ ਕੰਗੜਾ ਨੇ ਔਰਤਾਂ ਨੂੰ 100-100 ਰੁਪਏ ਚ ਕਿਰਾਏ ਤੇ ਧਰਨੇ ਤੇ ਲਿਆਉਣ ਵਾਲਾ ਬਿਆਨ ਦਿੱਤਾ ਸੀ ਵਕਾਊ ਆਖਿਆ ਸੀ ਤੇ ਉਹ ਸ਼ੋਭਨੀਕ ਨਹੀਂ ਸੀ ਉਹਨਾਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਕੰਗਣਾ ਰਣੌਤ ਨੇ ਇਹ ਬਿਆਨ ਦਿੱਤਾ ਕਿ ਪੂਰੇ ਪੰਜਾਬ ਦੇ ਵਿੱਚ ਖਾਲਸਤਾਨ ਪੜ ਰਿਹਾ ਹੈ। ਇਸ ਬਿਆਨ ਨੇ ਪੂਰੇ ਪੰਜਾਬ ਨੂੰ ਤਕਲੀਫ ਦਿੱਤੀ ਹੈ। ਉਹਨਾਂ ਕਿਹਾ ਕਿ ਪੂਰਾ ਮੁਲਕ ਜਾਣਦਾ ਹੈ ਕਿ ਜਦੋਂ ਵੀ ਦੇਸ਼ ਤੇ ਆਂਚ ਆਉਣ ਦੀ ਗੱਲ ਆਈ ਤਾਂ ਉਦੋਂ-ਉਦੋਂ ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਪਰ ਅਫਸੋਸ ਦੇਸ਼ ਦਾ ਇੱਕ ਜ਼ਿੰਮੇਵਾਰ ਲੀਡਰ ਇਸ ਤਰ੍ਹਾਂ ਦੇ ਬਿਆਨ ਦੇਵੇ ਇਹ ਕੋਈ ਚੰਗੀ ਗੱਲ ਨਹੀਂ। ਉਹਨਾਂ ਕਿਹਾ ਕਿ ਇਹ ਬਿਆਨ ਕੁਲਵਿੰਦਰ ਕੌਰ ਜਿਹੜੀ ਕਿ ਕਮੈਲਾ ਕਰਮਚਾਰੀ ਸੀ ਉਹਨੂੰ ਵੀ ਤਕਲੀਫ ਦੇ ਰਿਹਾ ਸੀ ਬੀਬੀ ਜਗੀਰ ਕੌਰ ਨੇ ਇਹ ਵੀ ਆਖਿਆ ਕਿ ਇਤਿਹਾਸ ਗਵਾਹ ਹੈ ਜਦ ਵੀ ਕਿਸੇ ਨੇ ਪੰਜਾਬ ਪੰਜਾਬੀਅਤ ਅਤੇ ਅਣਖ ਨੂੰ ਵੰਗਾਰਿਆ ਤੇ ਉਹਦਾ ਹਿਸਾਬ ਪੂਰਾ ਹੁੰਦਾ ਰਿਹਾ ਹੈ ਦੋਸਤੋ ਇਸ ਇਕੁੱਲਮ ਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰੱਖਾ